ਕੱਲ ਹੋਵੇਗੀ ਆਦਮਪੁਰ ਹਵਾਈ ਅੱਡੇ ਦੀ ਸ਼ੁਰੂਆਤ। ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਜਲੰਧਰ ਦੇ ਲੋਕਾਂ ਨੂੰ ਏਅਰਪੋਰਟ ਦਾ ਸੁਪਨਾ ਕੱਲ ਸਾਕਾਰ ਹੋਵੇਗਾ। ਜਲੰਧਰ ਦੇ ਆਦਮਪੁਰ ਵਿੱਚ ਬਣੇ ਏਅਰਪੋਰਟ ਤੋਂ ਪਹਿਲੀ ਫਲਾਈਟ ਦਾ ਕਾਊਂਟ ਡਾਊਨ ਸ਼ੁਰੂ ਹੋਵੇਗਾ। ਕੱਲ ਸ਼ਾਮ ਦਿੱਲੀ ਤੋਂ ਸਪਾਈਸ ਜੈੱਟ ਦੀ ਉਡਾਣ ਜਲੰਧਰ ਦੇ ਆਦਮਪੁਰ ਏਅਰਪੋਰਟ 'ਤੇ ਉਤਰੇਗੀ। 78 ਸੀਟਾਂ ਦੀ ਇਹ ਫਲਾਈਟ ਰੋਜ਼ਾਨਾ ਦਿੱਲੀ ਤੋਂ 4:45 'ਤੇ ਆਵੇਗੀ ਅਤੇ 5:05 'ਤੇ ਇੱਥੋਂ ਦਿੱਲੀ ਦੇ ਲਈ ਰਵਾਨਾ ਹੋਵੇਗੀ। ਸਪਾਈਸ ਜੈੱਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਹਰ ਤਰ੍ਹਾਂ ਦੀ ਤਿਆਰੀ ਪੂਰੀ ਹੈ। ਇਸ ਮੌਕੇ 'ਤੇ ਸਪਾਈਸ ਜੈੱਟ ਦੇ ਅਧਿਕਾਰੀ ਨਿਲੇਸ਼ ਗੁਦਾਰਾ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਮਹਾਵੀਰ ਸਿੰਘ ਨੇ ਕਿਹਾ, ਹਾਂਜੀ ਇਹ ਬੜੀ ਖੁਸ਼ੀ ਕੀ ਬਾਤ ਹੈ ਔਰ ਸਪਾਈਸ ਜੈੱਟ ਕੀ ਸਾਰੀ ਤਿਆਰੀਆਂ ਆਦਮਪੁਰ ਏਅਰਪੋਰਟ ਪੇ ਹੋ ਚੁੱਕੀ ਹੈ ਔਰ ਅਬ ਬਸ ਇੰਤਜ਼ਾਰ ਹੈ ਕੱਲ ਕੀ ਫਲਾਈਟ ਕਾ। 3:30 ਵਜੇ ਦਿੱਲੀ ਸੇ ਚਲੇਗੀ, 4:45 ਪੇ ਯਹਾਂ ਆ ਜਾਏਗੀ ਸ਼ਾਮ ਕੋ, ਔਰ ਸ਼ਾਮ ਕੋ ਹੀ ਫਿਰ 5:05 ਪੇ ਯਹਾਂ ਸੇ ਪੈਸੇਂਜਰਸ ਲੈ ਕੇ ਜਾਏਗੀ। ਔਰ ਖੁਸ਼ੀ ਕੀ ਬਾਤ ਹੈ ਕਿ ਇਹ ਦੋਨੋਂ ਹੀ ਫਲਾਈਟਾਂ ਅਭੀ ਪੂਰੀ ਤਰ੍ਹਾਂ ਫੁੱਲ ਫਲਾਈਟਸ ਹੈ, ਤੋ ਇੱਕ ਬਹੁਤ ਹੀ ਅੱਛਾ ਰਿਸਪੋਂਸ ਹੈ ਯਹਾਂ ਸੇ। ਜੀ ਕਾਫੀ ਅੱਛਾ ਰਿਸਪੋਂਸ ਚੱਲ ਰਿਹਾ ਅਭੀ ਉਸਕਾ ਵੀ ਔਰ ਹਮੇ ਉਮੀਦ ਹੈ ਕਿ ਇਹ ਫਲਾਈਟਾਂ ਫੁੱਲ ਹੀ ਰਹੇ। ਸਪਾਈਸ ਟੂ ਸਪਾਈਸ ਮੈਂ ਜੋ ਸਪਾਈਸ ਜੈੱਟ ਕਾ ਨਾਮ ਰਹੇਗਾ ਫਲਾਈਟ ਟੂ ਫਲਾਈਟ ਮੈਂ ਵਹੀ ਦਿਆ ਜਾਏਗਾ ਪੈਸੇਂਜਰਸ ਕੋ। ਅਭੀ ਹਮਾਰੇ ਲਗਭਗ ਸਿਕਿਉਰਿਟੀ ਔਰ ਏਅਰਪੋਰਟ ਸਰਵਿਸਿਸ ਕੇ ਸਭੀ ਇੰਪਲਾਈਜ਼ ਅਵੇਲੇਬਲ ਹੈ ਯਹਾਂ ਪੇ, ਜੋ ਰਿਕੁਆਇਰਡ ਸਟਰੈਂਥ ਹੋਣੀ ਚਾਹੀਏ ਇੱਕ ਏਅਰਪੋਰਟ ਕੇ ਇੱਕ ਫਲਾਈਟ ਕੇ ਲਈ ਵੋ ਸਾਰੀ ਮੌਜੂਦ ਹੈ ਯਹਾਂ ਪੇ। ਮੁਝੇ ਲਗਤਾ ਹੈ ਜਬ ਇਹ ਏਅਰਪੋਰਟ ਕਾ ਸਪਨਾ ਪੂਰਾ ਹੋ ਗਿਆ ਤੋ ਫਲਾਈਟਸ ਵੀ ਆਗੇ ਪੂਰੀ ਰਹੇਗੀ। ਸ਼ੁਕਰੀਆ। ਅਭੀ ਜਿਸ ਜੋ ਦੁਆਬਾ ਕਾ ਜੋ ਸਪਨਾ ਥਾ ਵੋ ਕੱਲ ਪੂਰਾ ਹੋਣੇ ਜਾ ਰਹਾ ਹੈ। ਇਹ ਏਅਰਪੋਰਟ ਫਲਾਈਟ ਓਪਰੇਸ਼ਨ ਕੇ ਲੀਏ ਪੂਰੀ ਤਰ੍ਹਾਂ ਤਿਆਰ ਹੈ। ਜੋ ਵੀ ਫੈਸਿਲਿਟੀ ਥੀ ਬਿਲਡਿੰਗ ਸੇ ਬਿਲਡਿੰਗ ਕਾ ਹੈ, ਕਨੈਕਟਿੰਗ ਰੋਡ ਹੈ, ਸਟੇਟ ਸੇ ਕਨੈਕਟਿੰਗ ਰੋਡ ਹੈ, ਕਾਰ ਪਾਰਕ ਕਾ ਹੈ ਔਰ ਆਊਟਰ ਸਾਈਡ ਕਾ ਵੀ ਹਮਨੇ ਜੋ ਲੈਂਡ ਸਟੇਟ ਨੇ ਜੋ ਹਮਾਰੇ ਕੋਪਰੇਸ਼ਨ ਕਰਕੇ ਲੈਂਡ ਦਿਆ ਥਾ 40 ਏਕੜ, ਉਸਕਾ ਵੀ ਬਾਉਂਡਰੀ ਵਾਲ ਤਕਰੀਬਨ 85% ਹਮਾਰਾ ਕਾਮ ਹੋ ਗਿਆ ਹੈ। ਤੋ ਵੀ ਫਲਾਈਟ ਓਪਰੇਸ਼ਨ ਸੇ ਰਿਲੇਟਡ ਜੋ ਵੀ ਸਿਕਿਉਰਟੀ ਇਕਵਿਪਮੈਂਟ ਅਪਰੂਵਲ ਵਗੈਰਾ ਜੋ ਵੀ ਲੈਣੀ ਪੜਤੀ ਹੈ ਹਮਾਰੇ ਕੋ ਵੋ ਸਭ ਹੋ ਚੁੱਕੀ ਹੈ ਔਰ ਇਹ ਫਲਾਈਟ ਓਪਰੇਸ਼ਨ ਕੇ ਲੀਏ 100% ਤਿਆਰ ਹੈ। ਇਸ ਵਾਰ ਸਿੰਗਲ ਫਲਾਈਟ ਅਭੀ ਸਿਕਿਉਰਟੀ ਅਭੀ ਸਿਕਿਉਰਟੀ ਸਟੇਟ ਕੇ ਪਾਸ ਹੀ ਹੈ ਔਰ RCS ਸਕੀਮ ਮੇ ਸਿਕਿਉਰਟੀ ਸਟੇਟ ਕੇ ਪਾਸ ਹੀ ਰਹੇਗੀ। ਇਨ ਕੇਸ ਅਗਰ ਹਮਾਰਾ ਜੈਸੇ ਮੇਜਰ ਪ੍ਰੋਜੈਕਟ ਆ ਰਿਹਾ 114 ਕਰੋੜ ਕਾ, ਉਹ ਵੀ ਉਸਮੇ ਸੇ ਕੁਛ ਇੱਕ ਐਪਰੈਂਟ ਕਾ ਕਾਮ ਹਮਾਰਾ ਅਵਾਰਡ ਵੀ ਹੋ ਗਿਆ ਹੈ, ਬੈਲੈਂਸ ਕਾਮ ਅਭੀ ਅਵਾਰਡ ਹੋਗਾ, ਤੋ ਉਸ ਟਾਈਮ ਪੇ ਅਗਰ ਜ਼ਰੂਰਤ ਪੜੀ ਤੋ ਸਿਕਿਉਰਟੀ ਉਹ ਡਿਪਾਰਟਮੈਂਟ ਹਮਾਰਾ ਹੈਡਕੁਆਟਰ ਡਿਸਾਈਡ ਕਰੇਗਾ ਕਿ ਸਟੇਟ ਕੋ ਦੇਣੀ ਹੈ ਜਾਂ CISR ਕੋ ਦੇਣੀ ਹੈ। ਅਭੀ ਪ੍ਰੈਜੈਂਟਲੀ ਸਿਕਿਉਰਟੀ ਸਟੇਟ ਕੇ ਪਾਸ ਨਹੀਂ ਹੈ।